ਆਪਾਂ ਨੈਸ਼ਨਲ ਪੋਲਿਟਿਕਸ ਤੋਂ ਸ਼ੁਰੂ ਕਰ ਲਗੇ ਕਹਿੰਦੇ ਨੇ ਕਿ ਨਿਤਿਸ਼ ਜੀ ਇੱਕ ਕਦਮ ਹੋਰ ਅੱਗੇ ਜਾ ਰਹੇ ਨੇ ਕਿ ਏਕੇ ਵੱਲੋਂ ਜੀ ਤੇ ਕੀ ਇਹਦਾ ਪ੍ਰਭਾਵ ਰਹੇਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਪੰਜਾਬ ਦੀਆਂ ਖਬਰਾਂ ਦੀ ਥੋੜੀ ਚਰਚਾ ਕਰਾਂਗੇ ਕੋਈ ਨਾ ਕੋਸ਼ਿਸ਼ ਹੈ ਇਹਨਾਂ ਦੀ ਕਿਉਂਕਿ ਨਰਿੰਦਰ ਮੋਦੀ ਹੁਰਾਂ ਦੇ ਨਾਲ ਯਾਰੀ ਟੁੱਟ ਗਈ ਜੀ ਕਿਉਂ ਕਹਿੰਦੇ ਨੇ ਯਾਰੀ ਟੁੱਟੀ ਤਾਂ ਕੱਢੇ ਤੂੰ ਸਾਨੂੰ ਗਾਲਾਂ ਲੱਗੀਆਂ ਵੇਲੇ ਰੱਬ ਹੁੰਦੇ ਸੀ ਜੀ ਜੀ ਤਾਂ ਇਹੀ ਹਿਸਾਬ ਕਿਤਾਬ ਆ ਵੈਸੇ ਵੀ ਨितीश ਕੁਮਾਰ ਇਸ ਤਰ੍ਹਾਂ ਦਾ ਇੱਕ ਲੀਡਰ ਮਿਲੇਗਾ ਤੁਹਾਨੂੰ ਜੀ ਕਿ ਕਦੀ ਇਸकी ਬਗਲ ਤੇ ਕਦੀ ਉਸकी ਬਗਲ ਕਦੇ ਭੱਜ ਕੇ ਇਹਨਾਂ ਦੇ ਨਾਲ ਆ ਗਿਆ ਐਨਡੀਏ 'ਚ ਕਦੇ ਉਧਰ ਚਲੇ ਗਿਆ ਯੂਪੀਐਚ 'ਚ ਤੇ ਬੇਸਿਕਲੀ ਖੜਕਾ ਦੜਕਾ ਜਿਹੜਾ ਸੀਗਾ ਉਹ ਮੋਦੀ ਨਾਲ ਤੇ ਬਹੁਤ ਜ਼ਿਆਦਾ ਰਿਹਾ ਜੀ ਇੱਕ ਵਾਰੀ ਲੁਧਿਆਣਾ ਰੈਲੀ ਸੀਗੀ ਤਾਂ ਉਹ ਉਦੋਂ ਵੀ ਨੀਤੀ ਛੱਡ ਗਿਆ ਸੀਗਾ ਕਿ ਜਿੱਥੇ ਬੈਠਾ ਮੈਂ ਉੱਥੇ ਬੈਠਣਾ ਨਹੀਂ ਹੈ ਅੱਛਾ ਜੀ ਹਾਂਜੀ ਪੰਜਾਬ ਦੀ ਹਾਂਜੀ ਪੰਜਾਬ ਦੀ ਰੈਲੀ ਦੀ ਗੱਲ ਆਏ ਤਾਂ ਮਤਲਬ ਕਿ ਇਹਨਾਂ ਦਾ ਆਪਸ ਦੇ ਵਿੱਚ ਕੈਂਸ ਕੈਂਸ ਕੇ ਚੱਲਣਾ ਉਹ ਤੇ ਸਭ ਨੂੰ ਪਤਾ ਹੈ ਕਿਸੇ ਸਮੇਂ ਹੋਇਆ ਕਿ ਸੀਗਾ ਕਿ ਨਰਿੰਦਰ ਮੋਦੀ ਦਵਾਈ ਥੋੜਾ ਜਿਹਾ ਹਾਲੇ ਜੀ ਕਹ ਲਓ ਕਿ ਨਾਮਣਾ ਬਣਦਾ ਪਿਆ ਸੀਗਾ ਜੀ ਤੇ ਇਹਨਾਂ ਦਾ ਉੱਥੇ ਬਿਹਾਰ ਦੇ ਵਿੱਚ ਆਪਸ ਚ ਸੀਗਾ ਐਂਡੀਏ ਨਾਲ ਹੀ ਸਨ ਤੇ ਉਸ ਵੇਲੇ ਕੀ ਹੋਇਆ ਕਿ ਇਹਨਾਂ ਨੇ ਇੱਕ ਖਾਣਾ ਰੱਖਿਆ ਹੋਇਆ ਸੀਗਾ ਸਾਰਾ ਪ੍ਰਬੰਧ ਹੋ ਗਿਆ ਤੇ ਉਹਦੇ ਚ ਕੀ ਸੀਗਾ ਕਿ ਨਰਿੰਦਰ ਮੋਦੀ ਦਾ ਜਿਹੜਾ ਮਾਮਲਾ ਸੀ ਕੁਝ ਇਸ ਤਰ੍ਹਾਂ ਦਾ ਸੀਗਾ ਕਿ ਉਸ ਟਾਈਮ ਫਲੱਡ ਆਏ ਸੀਗੇ ਜੀ ਇਹਨਾਂ ਨੇ ਬੜੇ ਵੱਡੇ ਇਸ਼ਤਿਹਾਰ ਦੇ ਦਿੱਤੇ ਕਿ ਅਸੀਂ ਬਿਹਾਰ ਦੀ ਇੰਦਾਦ ਕੀਤੀ ਆ ਉਦੋਂ ਇਹ ਮੋਦੀ ਸਾਹਿਬ ਹੁੰਦੇ ਸਨ ਗੁਜਰਾਤ ਦੇ ਚੀਫ ਮਿਨਿਸਟਰ ਇਸ ਕੱਲੋਂ ਬੜਾ ਵਿੰਗਾ ਸੀਗਾ ਨਿਦੇਸ਼ ਅੱਛਾ ਜੀ ਜੀ ਤੇ ਮਤਲਬ ਉਹਨਾਂ ਨੇ ਚੱਕ ਕੇ ਜਦੋਂ ਇਹ ਖਾਣਾ ਰੱਖਿਆ ਗਿਆ ਉਹਨਾਂ ਨੇ ਚੱਕ ਕੇ ਚੰਗੇ ਫਲੈਕਸ ਤਗੜੇ ਨਰਿੰਦਰ ਮੋਦੀ ਹੋਰਾਂ ਦੇ ਲਾਇ ਹੋਏ ਸੀਗੇ ਤੇ ਇਸ ਗੱਲ ਤੋਂ ਖਫਾ ਹੋ ਕੇ ਐਨ ਮੌਕੇ ਤੇ ਉਹ ਜੇ ਬੂਏ ਤੇ ਸੀ ਕਿ ਪਾਜ ਪੜ ਕੇ ਨੇ ਪਾਜੋ ਮੈਂ ਨਹੀਂ ਦਿਆਂ ਖਾਣਾ ਇਸ ਤਰ੍ਹਾਂ ਦੀ ਹਾਂ ਜੀ ਕੜਵਾਹਟ ਸੀਗੀ ਇਸ ਤਰ੍ਹਾਂ ਦੀ ਤਾਂ ਫੇਰ ਚਲੋ ਲਾਲੂ ਰਾਣ ਆ ਲਾ ਗਿਆ ਫੇਰ ਤੋੜ ਵਿਛੋੜਾ ਕਰਕੇ ਉਹਨਾਂ ਨਾਲ ਚਲੇ ਗਿਆ ਫੇਰ ਵਾਪਸ ਲਾਲੂ ਰਾਣ ਨਾਲ ਆ ਗਿਆ ਤਾਂ ਇੱਕ ਚੀਜ਼ ਹੈਗੀ ਆ ਕਿ ਨਿਤਿਸ਼ ਕੁਮਾਰ ਦੀ ਕੁਝ ਨੇਤਾਵਾਂ ਨਾਲ ਬਹੁਤ ਅੱਛੀ ਟਿਊਨਿੰਗ ਹੈ ਜੀ ਦੇਖੋ ਗੱਲ ਕੀ ਹੁੰਦੀ ਹੈ ਨਾ ਕਿ ਕੁਝ ਲੀਡਰ ਇਹ ਭਾਰਤੀ ਰਾਜਨੀਤੀ ਚ ਤੁਹਾਨੂੰ ਇਸ ਤਰ੍ਹਾਂ ਦੇ ਮਿਲ ਲਗੇ ਕਿ ਜਿਹੜੇ ਜਿਵੇਂ ਆਪਾਂ ਨੇ ਕਹਿੰਦੇ ਬਾਸ ਬਾਸ ਸ਼ਰਦ ਪਵਾਰ ਕੁਝ ਨਹੀਂ ਹੈ ਮੁੰਡਾ ਐਨਸੀਪੀ ਪੰਜਾਬ ਚ ਕੋਈ ਜਾਣਦਾ ਪਰ ਕੌਮੀ ਰਾਜਨੀਤੀ ਚ ਵੱਡੇ ਵੱਡੇ ਜਿਹੜੇ ਤੁਨੰਤਰ ਨੇ ਜਿਹੜੇ ਸਾਹਿਬ ਕਹਿੰਦੇ ਨੇ ਉਹਨੂੰ ਬਿਲਕੁਲ ਦੁਸ਼ਮਨ ਵੀ ਇੱਜ਼ਤ ਕਰਦੇ ਆ ਤਾਕਤਵਰ ਹੋ ਗਏ ਨਾ ਤਾਂ ਸਾਰੇ ਇੱਜ਼ਤ ਕਰਨਗੇ ਜੀ ਤਾਂ ਟੜਲੇਦਾਰੀ ਹੁੰਦੀ ਹੈ ਨਾ ਤੇ ਇਸੇ ਤਰ੍ਹਾਂ ਨितीश ਦਾ ਵੀ ਇੱਕ ਅਕਸ ਹੈ ਬਿਸ਼ੱਕ ਪਾਰਟੀਆਂ ਤਾਂ ਜਿੰਦਾ ਮਤਲਬ ਕਿ ਗੱਠਜੋੜ ਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਹ ਤਾਂ ਰਾਜਨੀਤੀ ਦਾ ਸਫ਼ਰ ਹੈ ਸਬਦਾ ਹੁੰਦਾ ਪਰ ਉਹਦਾ ਇੱਕ ਅਕਸ ਹੈ ਜੀ ਖਾਸ ਤੌਰ ਤੇ ਜੇ ਤੁਸੀਂ ਵੇਖੋਗੇ ਤਾਂ ਯੂਪੀ ਚ ਬੰਗਾਲ ਚ ਇਹ ਥੋੜਾ ਜਿਹਾ ਜ਼ਿਆਦਾ ਪ੍ਰਭਾਵ ਰੱਖਦੇ ਬੰਗਾਲ ਚ ਕਿਉਂ ਕਿ ਮਮਤਾ ਬੈਨਰਜੀ ਨਾਲ ਅੱਛੀ ਹੈ ਜੀ ਇਧਰ ਉਹ ਕਲਿਸ਼ਕਿਆ ਨਾਲ ਅੱਛੀ ਹੈ ਅੱਛਾ ਸੋਨੇ ਤੇ ਸੁਹਾਗਾ ਇਹ ਕਿ ਕੇਜਰੀਵਾਲ ਨਾਲ ਵੀ ਅੱਛੀ ਹੈ ਓਹ ਹੋ 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 ਅੱਛਾ ਜੀ ਤੇ ਇਹ ਤਿੰਨ ਚਾਰ ਹੈਗੇ ਆ ਜਿਹੜੇ ਘੇਰੇ ਘੇਰੇ ਫਿਰਦੇ ਆ ਕਿ ਅਸੀਂ ਨਹੀਂ ਆਉਣਾ ਅਸੀਂ ਨਹੀਂ ਆਉਣਾ ਜਿਵੇਂ ਮਤਲਬ ਕਿ ਸ਼ਰੀਕੇ ਚ ਵਿਆਹ ਹੋਵੇ ਨਾ ਜੀਤ ਕਰਦਾ ਵੀ ਚਲੋ ਵੇਖੀ ਰੌਣਕ ਮੇਲਾ ਰਿਸ਼ਤੇਦਾਰਾਂ ਨੂੰ ਮਿਲਾਂਗੇ ਲਾਂਗੇ ਤੇ ਉਦਾਂ ਹੀ ਮਤਲਬ ਕਿ ਛੋਟੀ-ਬੋਟੀ ਗੱਲ ਤੇ ਮੈਂ ਆ ਹੀ ਨਹੀਂ ਆਣਾ ਆ ਹੀ ਨਹੀਂ ਆਣਾ ਤੇ ਫਿਰ ਚਾਰ ਰਿਸ਼ਤੇਦਾਰ ਆਉਂਦੇ ਕਿ ਯਾਰ ਕਿਉਂ ਨਹੀਂ ਆਉਣਾ ਯਾਰ ਤਾਂ ਤੋਂ ਤਾਂ ਕਹਿ ਛੱਡਣਾ ਪਹਿਲਾਂ ਮੈਸੇਜ ਹਨ ਵੀ ਕਰਦੇ ਨੇ ਸਾਰਿਆਂ ਨੂੰ ਕਿ ਭਾਈ ਅਸੀਂ ਨਹੀਂ ਆ ਅਸੀਂ ਨਹੀਂ ਆ ਰਹੇ ਭਾਈ ਤੇ ਉਦਾਂ ਲੀੜੇ ਪ੍ਰੈਸ ਕਰਕੇ ਰੱਖੇ ਹੋਣੇ ਆ ਕبھی ਜਦੋਂ ਜਦੋਂ ਮਾਸੜ ਆ ਗਿਆ ਫੁੱਫੜਾ ਆ ਗਿਆ ਨਾਲ ਦੀ ਨਾਲ ਤੁਰ ਪੈਣਾ ਸਾਰਿਆਂ ਨੇ ਜਵਾਕਾਂ ਦੇ ਵੀ ਲੋੜੇ ਪ੍ਰੈਸ ਮਾਰ ਕੇ ਰੱਖੇ ਨੇ ਪਰ ਬੋਲਣਾ ਕਹਿੰਦੇ ਨਹੀਂ ਵੀ ਪਾਪਾ ਜਾਣ ਨੂੰ ਤਿਆਰ ਆ ਹਾਂਜੀ ਤਾਂ ਮਤਲਬ ਕਿ ਇਸ ਤਰ੍ਹਾਂ ਦੀ ਵੀ ਕਈ ਵਾਰ ਨਾ ਸੂਰਤial ਹੁੰਦੀ ਆ ਤਾਂ ਖੈਰ ਇਹ ਹੁਣ ਮਾਮਲਾ ਇਹ ਸੀਗਾ ਕਿ ਕਾਂਗਰਸ ਦੇ ਨਾਲ ਜਿੱਦਾਂ ਮਮਤਾ ਬੇਨਰਜੀ ਦਾ ਖੇਡ ਹੈ ਜਿਵੇਂ ਨਾ ਖੇਲਾ ਹੋਵੇ ਜੀ ਉਹ ਕਹਿੰਦੀ ਵੀ ਤੁਸੀਂ ਮੇਰੇ ਨਾਲ ਖੇਲਾ ਕਰ ਦੇ ਜੀ ਜੀ ਬੰਗਾਲ ਦੇ ਵਿੱਚ ਤੁਸੀਂ ਕਾਮਰੇਡਾਂ ਦੇ ਉਲਟ ਇਲੈਕਸ਼ਨ ਲੜਦੇ ਜੀ ਤੇ ਬੰਗਾਲ ਚ ਆ ਕੇ ਤੁਸੀਂ ਇਕੱਠੇ ਹੋ ਜਾਂਦੇ ਜੀ ਮੈਨੂੰ ਰਹਿਣ ਵਾਸਤੇ ਜੀ ਇਹ ਕੋਈ ਗੱਲ ਤੇ ਨਹੀਂ ਨਾ ਤਾਂ ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਦਾ ਵੀ ਮਸਲਾ ਹੈ ਜੀ ਹਾਲਾਂਕਿ ਤੁਸੀਂ ਦੇਖੋਗੇ ਪੰਜਾਬ ਦੀ ਕਾਂਗਰਸ ਇਕਾਈ ਦੇ ਵਿੱਚ ਤੇ ਜਿਹੜੀ ਦਿੱਲੀ ਦੀ ਇਕਾਈ ਹੈ ਤੇ ਵਿੱਚ ਇੱਕ ਡਿਫਰੈਂਸ ਕ੍ਰੀਏਟ ਹੋ ਗਿਆ ਸੀਗਾ ਪਿਛਲੇ ਦਿਨੀ ਜਦੋਂ ਮਨੀਸ਼ ਸਿਸੋਦੀਆ ਗ੍ਰਫਤਾਰ ਹੋ ਗਿਆ ਅਰਵਿੰਦ ਕੇਜਰੀਵਾਲ ਨੂੰ ਤਲਬ ਕਰ ਲਿਆ ਗਿਆ ਇਨਾਂ ਦੀ ਜਿਹੜੀ ਨੈਸ਼ਨਲ ਲੀਡਰਸ਼ਿਪ ਸੀਗੀ ਉਹਨਾਂ ਨੇ ਸਪੋਰਟ ਕਰਤੀ ਅਜੇ ਮਾਕਨ ਮਿਟਰ ਗਿਆ ਇਧਰੋਂ ਆਪਣਾ ਬੜਿੰਗ ਸਾਹਿਬ ਇਹ ਵੀ ਟਡਿੰਗ ਹੋਇਆ ਵੀ ਸਾਡੀ ਤੇ ਇਹਨਾਂ ਦੇ ਨਾਲ ਇੱਥੇ ਚੱਲਦੀ ਪਈ ਹੈ ਪੂਰੀ ਟਸਲ ਜੀ ਮਾਕਨ ਵੀ ਕਹਿੰਦਾ ਕਹਿੰਦਾ ਸਾਡੀ ਤਾਂ ਫੱਟੀ ਪੋਚ ਕੇ ਰੱਖ ਦਿੱਤੀ ਇਹਨਾਂ ਨੇ ਜੀ ਦਿੱਲੀ 'ਚ ਤਾਂ ਮਤਲਬ ਕਿ ਉਹ ਇੱਕ ਸੀਗਾ ਪਰ ਹੁਣ ਜਦੋਂ ਕੌਮੀ ਪੱਤਰ ਤੇ ਤੁਸੀਂ ਅੱਕੇ ਵਧਣਾ ਤਾਂ ਫੇਰ ਮਤਲਬ ਕਿ ਥੋੜਾ ਰਸਤਾ ਤਿਆਰ ਕਰਨਾ ਹੀ ਪੈਂਦਾ ਹੈ ਨਾ ਬਿਲਕੁਲ ਮਕਸਦ ਤਾਂ ਸਾਰਿਆਂ ਦਾ ਇੱਕੋ ਹੀ ਹੈ ਨਾ ਕਿ ਭਾਈ ਕਿਨੂੰ ਟੋੜਾ ਮਕਸਦ ਹੈ ਵੀ ਨਹੀਂ ਹੈ ਮਕਸਦ ਇਹ ਹੈ ਨਾ ਵੀ ਕੁਛ ਨਾ ਕੁਛ ਅਸੀਂ ਆਪਣੇ ਲਈ ਹਾਸਲ ਕਰੀਏ ਗੇਨ ਕਰੀਏ ਜੀ ਭਾਰਤੀ ਜਨਤਾ ਪਾਰਟੀ ਨੂੰ ਹਰਾਵਾਂਗੇ ਤਾਂ ਤਦ ਗੇਨ ਹੋਏਗਾ ਨਾ ਜੀ ਤਾਂ ਇਹ ਆ ਕਿ ਹੁਣ ਅਰਵਿੰਦ ਕੇਜਰੀਵਾਲ ਤੇ ਫਿਰ ਕੇਜਰੀਵਾਲ ਦੇ ਬੜੇ ਪਰਮ ਮਿੱਤਰ ਨੇ ਕੇ ਸੀ ਆਰ ਸਾਹਿਬ ਤੇਲੰਗਾਣਾ ਨਾਲ ਜੀ ਤੇ ਇਹ ਹੁਣ ਮਤਲਬ ਕਿ ਅਕਲੇਸ਼ ਵੀ ਅਲੱਗ ਸੀ ਇਹਨਾਂ ਤੋਂ ਜੀ ਇਹ ਅੱਡ ਸੀਗੇ ਕਿਉਂਕਿ ਇਹਨਾਂ ਦੇ મત ਭੇਦ ਸੀ ਕਾਂਗਰਸ ਨਾਲ ਹੁਣ ਤੁਸੀਂ ਜੇ ਦੇਖੋ ਇੱਕ ਬੜੀ ਮੈਂ ਤੁਹਾਨੂੰ ਪਤੇ ਦੀ ਗੱਲ ਦੱਸ ਦੇਣਾ ਜ਼ਿਆਦਾ ਸਟੇਟਾਂ 'ਚ ਨਾ ਜਾਓ ਜਿਹੜੇ ਆਪਾਂ ਨਾਮ ਲੈਏ ਨੇ ਭਾਈ ਇੱਜ਼ਤ ਕਿਉਂ ਹੁੰਦੀ ਹੈ ਜਾਂ ਮਹੱਤਤਾ ਕਿਉਂ ਹੁੰਦੀ ਹੈ ਯੂਪੀ ਦੇ ਵਿੱਚ ਅਕਲੇਸ਼ ਸੀਟਾਂ ਕਿੰਨੀਆਂ ਨੇ 81 ਜੀ ਬੰਗਾਲ 'ਚ ਮਮਤਾ ਸੀਟਾਂ ਕਿੰਨੀਆਂ ਨੇ ਲੋਕ ਸਭਾ ਦੀਆਂ 42 ਬਿਹਾਰ ਚ ਨਿਤਿਸ਼ ਲਾਲੂ ਸੀਟਾਂ ਕਿੰਨੀਆਂ ਨੇ 40 ਟੋਟਲ ਲਾਲੋ ਕਿੰਨੀਆਂ ਹੋ ਗਈਆਂ ਤਿੰਨਾਂ ਸਟੇਟਾਂ ਚ 160 60 ਹੋ ਗਈਆਂ ਜੀ ਤਾਂ ਸਾਫ ਲਾਲੋ ਕਿ 540 45 ਚੋਂ ਤਾਂ 160 ਤਾਂ ਇੱਥੇ ਆ ਫਿਰ ਜੇ ਤੁਸੀਂ ਦੇਖੋਗੇ ਤਾਂ ਪੰਜਾਬ ਵੀ ਕਿਉਂਕਿ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਦਿੱਲੀ ਵੀ ਲਗਭਗ 200 ਦਾ ਜਿਗਾਰਡ ਬੰਦਾ ਹੈ ਹਾਂਜੀ 200 ਦਾ ਜੁਗਾੜ ਬਣਦਾ ਹੈ ਤਾਂ ਇਹ ਇਹੀ ਚੀਜ਼ ਹੈ ਕਿ ਕੇਜਰੀਵਾਲ ਜਾਂ ਜਿਹੜੇ ਕੇਸੀਆਰ ਤੇਲੰਗਾਨਾ ਦੀਆਂ ਹਾਲੇ ਆਪਾਂ ਵਿੱਚ ਕਰ ਲਈਏ ਤਾਂ ਇਨਕਲੂਡ ਕਰਕੇ ਸਾਰੀਆਂ तकरीबन 200 ਤੇ ਇਹੀ ਬਣ ਜਾਂਦੀ ਹੈ ਜਿਹੜਾ ਆਪਾਂ ਨਾਮ ਲੈ ਰਹੇ ਆਂ ਮਹਾਰਾਸ਼ਟਰ ਵਗੈਰਾ ਪਾ ਕੇ ਤਾਂ ਉਹ ਇਹ ਆ ਕਿ ਕਾਂਗਰਸ ਨੂੰ ਕੱਲ ਜਦੋਂ ਨਿਤੀਸ਼ ਨੇ ਮੁਲਾਕਾਤ ਕਰਨ ਤੋਂ ਉਪਰੰਤ ਕਿਹਾ ਕਿ ਦੇਖੋ ਮੈਂ ਪ੍ਰਾਈਮ ਮਿਨਿਸਟਰ ਦਾ ਦਾਵੇਦਾਰ ਨਹੀਂ ਅਸੀਂ ਇੱਕ ਵਾਰੀ ਏਕਾ ਕਰ ਲਈਏ ਉਸ ਤੋਂ ਬਾਅਦ ਲੀਡਰ ਤੈਅ ਕਰ ਲਾਂਗੇ ਨੇਤਾ ਤੈਅ ਕਰ ਲਾਂਗੇ ਵੀ ਕੌਣ ਆ ਪ੍ਰਧਾਨ ਮੰਤਰੀ ਦਾ ਚਿਹਰਾ ਕੌਣ ਜੀ 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 ਤਾਂ ਪਹਿਲਾਂ ਤਾਂ ਮਮਤਾ ਬੀਬੀ ਜਿਹੜੀ ਆ ਉਹ ਥੋੜੀ ਵਿਕਟਰੀ ਹੋਈ ਸੀਗੀ ਹੁਣ ਉਹਨੇ ਵੀ ਸੰਕੇਤ ਦੇ ਦਿੱਤੇ ਨੇ ਤਾਂ ਉਹਦੇ ਚ ਇੱਕ ਹੀ ਗੱਲ ਤੇ ਘਰਾਰੀ ਆ ਕਿ ਕਾਂਗਰਸ ਜਿਹੜੀ ਆ ਉਹ ਆਪਣੇ ਲਈ 2250 ਸੀਟਾਂ ਰੱਖੇ ਪੂਰੇ ਮੁਲਕ ਦੇ ਵਿੱਚ ਜੀ ਠੀਕ ਹੈ ਜੀ ਤੇ ਬਾਕੀ ਜਿਹੜੀਆਂ ਬਚਦੀਆਂ ਨੇ ਅਧੀਆਂ ਤਕਰੀਬਨ ਤਾਂ ਉਹ ਜਿਹੜੀਆਂ ਖੇਤਰੀ ਪਾਰਟੀਆਂ ਜੋ ਫਾਰਮੂਲੇ ਤਹਿਤ ਆਉਣਗੀਆਂ ਉਹਨਾਂ ਦੇ ਵਿੱਚ ਵੰਡ ਦੇਵੇ ਕਿਉਂਕਿ ਕਾਂਗਰਸ ਦੀ ਜਿੱਤ ਦੀ ਸੰਭਾਵਨਾ ਇੰਨੀਾਂ ਤੇ ਬਣਦੀ ਹੈ ਜੀ ਮਤਲਬ ਕਿ ਇਹਨਾਂ ਦਾ ਆਪਸ ਦੇ ਵਿੱਚ ਇਹੀ ਸਹਿਮਤੀ ਅਸਹਿਮਤੀ ਦਾ ਚੱਕਰ ਹੈ ਸੋ ਇਹ ਗ੍ਰੇਡ ਆ ਕਿ ਹੁਣ ਆਉਣ ਵਾਲੇ ਦਿਨਾਂ 'ਚ ਦੇਖੋ ਜੇ ਇਹ ਏਕਾ ਹੋ ਜਾਂਦਾ ਸਾਰੇ ਇੱਕ ਪਲੇਟਫਾਰਮ ਤੇ ਆ ਜਾਂਦੇ ਆ ਤਾਂ ਥੋੜਾ ਜਿਹਾ ਰੰਗ ਬਦਲ ਜਾਏਗਾ ਸਮੀਕਰਨ ਬਦਲ ਜਾਣਗੇ ਅਦਰਵਾਈਜ਼ ਫਿਰ ਨੀਤੇ ਤੁਹਾਨੂੰ ਪਤਾ ਹੀ ਹੈ ਮੋਦੀ ਆਇਲਾ ਰਿਹਾ ਜੀ 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 ਬਿਲਕੁਲ ਬਿਲਕੁਲ ਜੀ ਤੇ ਇਧਰ ਉੱਪਰ ਇੱਕ ਵੀਰ ਕਹਿ ਰਹੇ ਸੀਗੇ ਜੀ ਕਹਿੰਦੇ ਕਿ ਮੈਂ ਜਰਾ ਕਮੈਂਟ ਲੈ ਲਾਂ ਗੇਮ ਓਵਰ ਕਰਾ ਕੇ ਕਿ ਇਹ ਪ੍ਰਸ਼ਾਂਤ ਕਸ਼ੋਰ ਵੀ ਪੂਰਾ ਜੋਰ ਲਾ ਰਹੇ ਹੈ ਜੀ ਕਹਿੰਦੇ ਕਿ ਤੇ ਨਾਲ ਹੀ ਅੱਗੇ ਜਿਹੜਾ ਮਨਜੀਤ ਪਰਮਾਰੇ ਕਰੇ ਭਾਜੀ ਕੇ ਸੀਆਰ ਤੇਲਗਾਨਾ ਤੇ ਪੰਜਾਬ ਵਿੱਚ ਕਾਂਗਰਸ ਨੂੰ ਅਲੱਗ-ਅਲੱਗ ਲੜਨਾ ਚਾਹੀਦਾ ਜੀ ਕਿਉਂਕਿ ਇੱਥੇ ਜੇ ਇਕੱਠੇ ਹੋ ਗਏ ਤਾਂ ਕਹਿੰਦੇ ਕਿ ਵਿਪੱਖਸ਼ ਦਾ ਪੂਰਾ ਵੋਟ ਜਿਹੜਾ ਉਹ ਭਾਜਪੀ ਨੂੰ ਜਾਣਾ ਭਾਜੀ ਕਹਿੰਦੇ ਕਿ ਕਿੱਥੇ ਪੰਜਾਬ ਦੇ ਵਿੱਚ ਪੰਜਾਬ ਤੇ ਤੇਲਗਾਨਾ ਦੇ ਵਿੱਚ ਇਹ ਕਹਿੰਦੇ ਕਿ ਨਹੀਂ ਨਹੀਂ ਦੇਖੋ ਭਾਰਤੀ ਜਨਤਾ ਪਾਰਟੀ ਨੂੰ ਜੇ ਉੱਥੇ ਦੇਖੀਏ ਤਾਂ ਕੇ ਸੀ ਆਰ ਜਾਂ ਮਮਤਾ ਬੇਨਰਜੀ ਆ ਗਈ ਇਹ ਰੋਕ ਲੈਣਗੇ ਕੋਈ ਵੱਡੀ ਗੱਲ ਨਹੀਂ ਆ ਗਈ ਜੀ ਕੇ ਸੀ ਆਰ ਦੇਖੋ ਬੜਾ ਪੈਸਾ ਸੁੱਟਦਾ ਉੱਥੇ ਲੋਕਾਂ ਨੂੰ ਜੀ ਇਹ ਹੁਣ ਗੋਲਬੰਦੀ ਕਰ ਰਹੇ ਨੇ ਉੱਥੇ ਜੇ ਗੋਲਬੰਦੀ ਕਾਮਯਾਬ ਰਹੀ ਮਤਲਬ ਕਿ ਜਿਹਨੂੰ ਪੋਲਰਾਈਜੇਸ਼ਨ ਆਪਾਂ ਕਹ ਦਿੰਦੇ ਆ ਫਿਰ ਤਾਂ ਨਹੀਂ ਤਾਂ ਉਹ ਹੋ ਸਕਦਾ ਕਿ ਬਈ ਇਹਨਾਂ ਨੂੰ ਉੱਥੇ ਨਾ ਟਿਕਣ ਦੇਵੇ ਵੈਸੇ ਇਹਨਾਂ ਦਾ ਜੋਰ ਬਹੁਤ ਲੱਗਾ ਹੋਇਆ ਇਹ ਪੰਜਾਬ ਚ ਕੇਸੀਆਰ ਕਿਵੇਂ ਵੋਟਾਂ ਤੋੜ ਦੇਵੇਗਾ ਮੈਨੂੰ ਉਸ ਚੀਜ਼ ਦੀ ਸਮਝ ਨਹੀਂ ਆਈ ਉੱਥੇ ਇੱਥੇ ਤਾਂ ਵਜੂਦ ਹੀ ਨਹੀਂ ਹੈ ਨਾ ਤਾਂ ਜੀ ਕੋਈ ਵਜੂਦ ਨਹੀਂ ਹੈ ਬਸ ਇੱਥੇ ਪੰਗਾ ਪਊਗਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜੀ ਕਿਉਂਕਿ ਇੱਥੇ ਆਹਮੋ ਸਾਹਮਣੇ ਨੇ ਉਹ ਤਾਂ ਇਹੀ ਹੋਏਗਾ ਫਾਰਮੂਲਾ ਇਹੀ ਨਿਕਲ ਸਕਦਾ ਹੈ ਕਿ ਬਈ ਕੁਝ ਥਾਵਾਂ ਤੇ ਹਮਾਇਤ ਹੋ ਜਾਵੇ ਜੀ ਸੈਟਲਮੈਂਟ ਹੋ ਜਾਵੇ ਬਸ ਬਿਲਕੁਲ 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 ਜੀ ਬਿਲਕੁਲ ਅੱਗੇ ਜਾ ਕੇ ਗੱਲ ਕਰਦੇ ਆ ਗੁਰਪ੍ਰੀਤ ਜੀ ਦੱਸਦੇ ਆ ਕਿ ਬੈਂਸ ਦੇ ਪੁੱਤਰ ਦਾ ਰੌਲਾ ਕੀ ਪਿਆ ਤੇ ਰੌਲਾ ਰੰਗ ਕੀ ਦਿਖਾਊਗਾ ਥੋੜਾ ਦੇਰ ਤੱਕ ਚਰਚਾ ਕਰਦੇ ਪਹਿਲਾਂ ਮੈਂ ਇਸ ਖਬਰ ਨਾਲ ਜੁੜੇ ਕਮੈਂਟ ਲੈ ਲਾ ਤੇ ਇਸ ਤੋਂ ਬਾਅਦ ਕਰਿਆ ਜੀ ਕਹਿੰਦੇ ਕਿ ਜਿਹੜਾ ਜੱਗਾ ਚੌਧਰੀ ਉਹ ਕਹੇ ਕਿ ਪ੍ਰਸ਼ਾਂਤ ਕਿਸ਼ੋਰ ਨੇ ਵੀ ਜਿਹੜਾ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਨੂੰ ਇਹੀ ਕਿਹਾ ਸੀਗਾ ਜੀ ਕਿ ਕਾਂਗਰਸ ਦੇਸ਼ ਵਿੱਚ 300 ਸੀਟਾਂ ਤੇ ਚੋਣ ਲੜੇ ਜੀ ਕਹਿੰਦੇ ਕਿ 300 ਵੀ ਨਹੀਂ ਹੁਣ 50 ਹੋਰ ਕਟਾ ਦਿਓ 250 ਤੇ ਮੇਰਾ ਵੀ ਮੰਨਣਾ ਹੈ 300 ਨਹੀਂ 250 ਜੀ ਜੀ ਜਿੱਥੇ ਜਿੱਥੇ ਉਹ ਸਰਕਾਰ ਕਹਿ ਗਈ ਆ ਉਹ ਸੀਟਾਂ ਦੀ ਨਿਸ਼ਾਨਦੇਹੀ ਕਰਕੇ ਉਹਦੇ ਤੇ ਆਪਣੇ ਮਜ਼ਬੂਤ ਉਮੀਦਵਾਰ ਜਿਹੜੇ ਮੈਦਾਨ 'ਚ उतारे ਬਾਕੀ ਐਵੇਂ ਸੀਟਾਂ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਆਗਾ ਜਿਵੇਂ ਬਿਹਾਰ ਦੇ ਵਿੱਚ ਵੇਖੋ ਜਿੱਤ ਦੇ ਜਿੱਤ ਦੇ ਹਰ ਗਏ ਸਨ 70 ਲੈ ਲੀਆਂ ਇਹਨਾਂ ਨੇ ਵਿਧਾਨ ਸਭਾ ਦੀਆਂ 70 ਲੈ ਕੇ ਸਟ੍ਰਾਈਕ ਰੇਟ ਕਿਰਿਆ 19 19 ਤੱਕ ਆ ਗਏ ਸਨ 19 ਗਿੱਤੀਆਂ ਤੇ ਜਿਹੜਾ ਉਹਨਾਂ ਦਾ ਸਟ੍ਰਾਈਕ ਰੇਟ ਸੀ ਉਹ ਬੜਾ ਜ਼ਬਰਦਸਤ ਰਿਹਾ ਲਾਲੂ ਦੀ ਪਾਰਟੀ ਦਾ ਮਤਲਬ ਕਿ ਬੇੜਾ ਘਰ ਕਰਕੇ ਰਖ ਲੈ ਇਹਨਾਂ ਨੇ ਆਪਣਾ ਸੋ ਇਸ ਕਰਕੇ ਉਹ ਜਿੰਨੀ ਕੁ ਸੰਭਾਵਨਾ ਉੱਥੇ ਪੂਰਾ ਜ਼ੋਰ ਲਾ ਦਿਓ ਬਿਲਕੁਲ ਬਿਲਕੁਲ ਕਿਉਂਕਿ ਵੱਡੀ ਧਿਰ ਤਾਂ ਫਿਰ ਤੁਸੀਂ ਹੀ ਰਹਿਣਾ ਹੈ ਜੇ ਮੰਨ ਲਓ ਫਰਜ਼ ਕਰੋ 250 ਹੈ 250 ਚੋਂ ਤੁਸੀਂ 100 150 ਵੀ ਚਲੇ ਜਾਂਦੇ ਹੋ ਤਾਂ ਵੱਡੀ ਧਿਰ ਤਾਂ ਤੁਸੀਂ ਰਹਿਗੇ ਨਾ ਬਿਲਕੁਲ ਹਲਾਇੰਸ ਦੇ ਕੈਂਡੀਡੇਟ ਗਾਰਡਰ ਹੁਣ ਤਾਂ ਬਈ ਠੀਕ ਹੈ ਕਿਤੇ ਨਾ ਕਿਤੇ ਇੰਪਰੂਵ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਇਧਰੋਂ ਰਜੀਵ ਜੀ ਕਰੇ ਕਿ ਕਰਨਾਟਕ ਦੇ ਵਿੱਚ ਕੌਣ ਸਰਕਾਰ ਬਣਾ ਸਕਦਾ ਜੀ ਦੱਸਿਓ ਜਰਾ ਤੇ ਉਹ ਉੱਥੇ ਫਸ ਗਈ ਭਾਜਪਾਤ ਕੀ ਅੱਛਾ ਜੀ ਫਸ ਗਈ ਭਾਜਪਾ ਕਿਉਂਕਿ ਕੁਝ ਜਾਤੀ ਸਮੀਕਰਨ ਛੜੇ ਆ ਉਹ ਫਿੱਟ ਨਹੀਂ ਬੈਠ ਰਹਾ ਲੰਗਾਇਤ ਭਾਈਚਾਰਾ ਬਨਜਾਰਾ ਭਾਈਚਾਰਾ ਉਪਰੇ ਵੱਡੇ ਭਾਈਚਾਰੇ ਆ ਉਹ ਇਹਨਾਂ ਨਾਲ ਖਫਾ ਨੇ ਇਹਨਾਂ ਦਾ ਸਾਬਕਾ ਮੁੱਖ ਮੰਤਰੀ ਭੱਜ ਗਿਆ ਛੱਡ ਕੇ ਸੱਬ ਦੀ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਬਹੁਤ ਸਾਰੇ ਐਮ ਐਲ ਏ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਜਾਂ ਨਹੀਂ ਸੂਤ ਬੈਠਾ ਉਹ ਨਸ ਗਿਆ ਜੀ ਤਾਂ ਇਸ ਵੇਲੇ ਉਹ ਜੋ ਇਹਨਾਂ ਨੇ ਚਲਾਇਆ ਸੀ ਹਜਾਬ ਵਾਲਾ ਮਸਲਾ ਵਗੈਰਾ ਵਗੈਰਾ ਜਿਹੜੀਆਂ ਗੱਲਾਂ ਉਹ ਵੀ ਅਸਰਕਾਰਕ ਨਹੀਂ ਹੈ ਕਿ ਦੂਜਾ ਕਿ ਜੀਡੀਐਸ ਤੇ ਕਾਂਗਰਸ ਦੇ ਵਿੱਚ ਇੱਕ ਸਮਝੌਤਾ ਹੋ ਗਿਆ ਗੁਪਤੌਰ ਤੇ ਜੀ ਕਿ ਭਾਈ ਵੋਟਾਂ ਇੱਕ ਦੂਜੇ ਦੀਆਂ ਨਹੀਂ ਕੱਟਣੀਆਂ ਜਿੱਥੇ ਤੁਸੀਂ ਜਿੱਤਦੇ ਹੋ ਤਾਂ ਤੁਸੀਂ ਜਿੱਤੋ ਜਿੱਥੇ ਅਸੀਂ ਜਿੱਤਣ ਦੀ ਸੰਭਾਵਨਾ ਰੱਖਦੇ ਹਾਂ ਤੇ ਨਾਲ ਹੁਣ ਕਾਮਰੇਡ ਵੀ ਰਲ ਗਿਆ ਕਾਂਗਰਸ ਦੇ ਜੀ ਤੇ ਇਸ ਕਰਕੇ ਬੜਾ ਮੁਸ਼ਕਲ ਹੈ ਵੈਸੇ ਅਸੰਭਵ ਕੁਝ ਨਹੀਂ ਹੁੰਦਾ ਰਾਜਨੀਤੀ 'ਚ ਜੀ ਜ਼ੋਰ ਬਹੁਤ ਲੱਗਾ ਪਿਆ ਹੈ ਬਿਲਕੁਲ ਬਿਲਕੁਲ ਪਰ ਜੇ ਦੀ ਯਰਪਾ ਤੁਸੀਂ ਦੇਖੋਗੇ ਉਹਨੂੰ ਇਹਨਾਂ ਨੇ ਕੱਟ ਦਿੱਤਾ ਸੀਗਾ ਦਾਵੇਦਾਰੀ ਚ ਪਰ باوجود ਇਸ ਦੇ ਖੁਦ ਪ੍ਰਧਾਨ ਮੰਤਰੀ ਨੇ ਜੇ ਦੀ ਯਰਪਾ ਨੂੰ ਅੱਗੇ ਲਾਇਆ ਹੋਇਆ ਹੈ ਜੀ 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 ਕਿਉਂਕਿ ਲੰਗਾਇਤ ਪਾਈਚਾਰੇ ਚ ਉਹ ਨਹੀਂ ਹੋ ਬਿਲਕੁਲ ਪਰ باوجود ਇਸ ਦੇ ਇਹਨਾਂ ਵਾਸਤੇ ਰਸਤਾ ਜਿਹੜਾ ਪਧਰਾ ਨਹੀਂ ਹੈਗਾ ਜੀ ਬਿਲਕੁਲ ਜੀ ਜੀ ਤੇ ਇਧਰੋਂ ਬਈ ਨਾਲ ਦੀ ਨਾਲ ਬੇਨਤੀ ਹੈ ਕਿ ਜਰਾ ਤੁਸੀਂ ਪ੍ਰੋਗਰਾਮ ਨੂੰ ਸ਼ੇਅਰ ਕਰੋ ਤੇ ਇਧਰੋਂ ਮੈਂ ਤੁਹਾਡੇ ਇੱਕ ਦੋ ਕਮੈਂਟ ਲੈਣਾ ਫਿਰ ਆਪਾਂ ਚੱਲਦੇ ਹਾਂਗੇ ਜਲੰਧਰ ਚਿਮਨੀ ਜਿਮਨੀ ਚੂਨ ਬਾਰੇ ਵੀ ਗੱਲਬਾਤ ਕਰ ਰਹੇ ਨੇ ਕੋਈ ਗੱਲ ਨਹੀਂ ਜਦੋਂ ਆਪਾਂ ਲੁਧਿਆਣੇ ਦੀ ਖਬਰ ਕਰਾਂਗੇ ਸਿਮਰਜੀਤ ਲੁਧਿਆਣੇ ਤੋਂ ਜਲੰਧਰ ਥੋੜੀ ਦੂਰ ਹੈ ਬਿਲਕੁਲ ਲਾਗੇ ਲਾਗੇ ਸਾਨੂੰ ਵੀ ਖਰਚਾ ਘੱਟ ਪਏਗਾ ਉਧਰ ਹਾਂਜੀ ਅੱਛਾ ਹਾਂਜੀ ਤੇਨ ਮੀਨ ਟਾਈਮ ਤੁਸੀਂ ਜਰਾ ਸ਼ੇਅਰ ਕਰਨ ਨਾਲ ਕੰਮ ਕਰਿਓ ਜਰਾ ਤੇ ਇਧਰੋਂ ਮੈਂ ਦੇਖਦਾ ਜੀ ਕਿ ਕਿਸੇ ਵੀਰ ਦਾ ਹੋਰ ਕੋਈ ਕਮੈਂਟ ਆਇਆ ਤਾਂ ਦੇ ਇਸ ਬਾਬਤ ਉਹ ਹੈ ਤਾਂ 2024 ਤਾਂ ਜੀ ਕਹਿੰਦੇ ਕਿ ਜਿਹੜਾ ਉਹ ਮੋਦੀ ਹੀ ਪੱਕਾ ਜੀ ਕਹਿੰਦੇ ਕਿ ਖੇਤੀ ਪਸ਼ੂ ਪਾਲਣਾ ਇਹ ਜਿਹੜਾ ਇਹ ਦੇਖੋ ਮਾਨ ਸਾਹਿਬ ਸੰਭਾਵਨਾ ਹੈ ਜੀ ਸੰਭਾਵਨਾ ਇਸ ਗੱਲ ਦੀ ਹੈ ਮੈਂ ਖੁਦ ਇਸ ਚੀਜ਼ ਦੇ ਨਾਲ ਮਤਫਕ ਹਾਂ ਕਿ ਬਹੁਤ ਕੁਝ ਹੋਣਾ ਬਾਕੀ ਹੈ ਇੰਨਾ ਪੈਸਾ ਭਾਜਪਾ ਕੋਲ ਇੰਨੀ ਜ਼ਿਆਦਾ ਮਹੌਲਤਾਵਾਦ ਦੀ ਕਹ ਲੋ ਵੋਟ ਹੈ ਕਿ ਜਿਸ ਨੂੰ ਉਸ ਪੱਧਰ ਤੇ ਨੁਕਸਾਨ ਪਹਚਾਉਣਾ ਉਸ ਪੱਧਰ ਤੇ ਚੈਲੰਜ ਦੇਣਾ ਮਤਲਬ ਕਿ ਹਲੇ ਬਣਦਾ ਨਹੀਂ ਹੈ ਕੁਝ ਜੀ ਹਾਲੇ ਤੱਕ ਨਹੀਂ ਬਣਦਾ ਮੈਂ ਖੁਦ ਇਸ ਗੱਲ ਨਾਲ ਸਹਿਮਤ ਹਾਂ ਜੀ ਕਿ ਨਰਿੰਦਰ ਮੋਦੀ ਦਾ ਜਿਹੜਾ ਰਾਜਨੀਤਿਕ ਜੀਵਨ ਹੈ ਨਾ ਜੀ ਉਸ ਰਾਜਨੀਤਿਕ ਜੀਵਨ ਚ ਅਮਿਤ ਸ਼ਾ ਦਾ ਇੱਕ ਬਹੁਤ ਉਮਦਾ ਰੋਲ ਹੈ ਇਹਨਾਂ ਦੀ ਮੈਨੇਜਮੈਂਟ ਮੈਂ ਕਿਸੇ ਟਾਈਮ ਬਹੁਤ ਸਾਰੀਆਂ ਕੁੱਕ ਖਤਾਬਾ ਪੜ੍ਹਨ ਦਾ ਮੌਕਾ ਮਿਲਦਾ ਕੋਈ ਟਾਈਮ ਲੱਗਿਆ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਕਦੇ ਸਾਰਾ ਕੁਝ ਉਜਾਗਰ ਕਰਨ ਦੀ ਐਸੀ ਮੈਨੇਜਮੈਂਟ ਹੈ ਨਾ ਇਨਾਂ ਨੇ ਗੁਜਰਾਤ 'ਚ ਆਪਣੇ ਪੈਰ ਲਾਉਣ ਵਾਸਤੇ ਯਕੀਨ ਨਹੀਂ ਕਰਨਾ ਤੁਸੀਂ ਮੁਸਲਮਾਨ ਉਮੀਦਵਾਰ ਲੱਬ ਲੱਬ ਕੇ ਖੜੇ ਕੀਤੇ ਪੈਸੇ ਦੇ ਦੇ ਕੇ ਵੋਟਾਂ ਕੱਟਣ ਵਾਸਤੇ ਉਹਨਾਂ ਨੇ 5 5 7 7000 ਵੋਟ ਕੱਟੀ ਤੇ ਜਿਹੜੇ ਚਿਹਰੇ ਹਾਰਨੇ ਚਾਹੀਦੇ ਸੀ ਉਹ ਹਾਰੇ ਐਸੀ ਮੈਨੇਜਮੈਂਟ ਹੈ ਇਹ ਉਹ ਜਿਵੇਂ ਕਹਿੰਦੇ ਨੇ ਨਾ ਜੰਗ ਮੇਅਰ ਪਿਆਰ ਮੇ ਸਭ ਚੱਲਦਾ ਹੈ ਯਾਰ ਜੀ ਇਹ ਸਿਆਸਤ ਹੈ ਸਿਆਸਤ 'ਚ ਸਭ ਕੁਝ ਚੱਲਦਾ ਹੈ ਜ਼ੋਰ ਕੋਈ ਸੰਗਸ਼ੇ ਇਹ ਇਹਨਾਂ ਦੀ ਹਾਂਜੀ ਮੈਨੇਜਮੈਂਟ ਇਹਨਾਂ ਦੀ ਇੰਨੀ ਜ਼ਬਰਦਸਤ ਹੈ ਸਾਰੇ ਕਿਸੇ ਮੇਰੇ ਕੋਲ ਨੋਟ ਨਹੀਂ ਉਹ ਕੱਲੇ-ਕੱਲੇ ਦਾ ਦੱਸ ਵੀ ਸਕਦਾ ਮੈਂ ਕਿਤਾਬਾਂ ਚੋਂ ਲਿਖਿਆ ਹੋਇਆ ਹੈ ਉਹ ਕਿ ਕਿਸ ਤਰ੍ਹਾਂ ਕਿੱਥੇ ਕੀ ਕੁਝ ਕੀਤਾ ਗਿਆ ਇਹਨਾਂ ਦੀ ਮੈਨੇਜਮੈਂਟ ਹੀ ਐਡੀ ਜ਼ਬਰਦਸਤ ਹੈ ਜੀ 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 ਕਿ ਜਦ ਨੂੰ ਹੋਰ ਬਹੁਤ ਕੁਝ ਹੋ ਸਕਦਾ ਪਰ ਇਹ ਆ ਕਿ فرض ਕਰੋ ਇਸ ਤਰ੍ਹਾਂ ਦਾ ਖੇਤਰੀ ਫਾਰਮੂਲਾ ਬਣ ਜਾਂਦਾ ਹੈ ਜੀ ਤਾਂ ਖੇਤਰੀ ਫਾਰਮੂਲੇ ਚ ਉਲਝ ਸਕਦੀ ਆ ਜੀ ਕਿਉਂਕਿ ਦੇਖੋ ਕੀ ਹੈ ਕਿ ਮਤਲਬ ਜੋ ਖੇਤਰੀ ਰਾਜਨੀਤੀ ਹੁੰਦੀ ਆ ਤੇ ਖੇਤਰੀ ਮੁੱਦੇ ਹੁੰਦੇ ਆ ਜਿਹੜੇ ਜੀ ਜਾਂ ਰਾਸ਼ਟਰਵਾਦਤਾ ਦਾ ਜਿਹੜਾ ਇੱਕ ਬੜਾ ਜ਼ਬਰਦਸਤ ਤੋੜ ਹੈ ਉਹ ਪਰਰਾਸ਼ਟਰਵਾਦ ਇਹ ਚੀਜ਼ਾਂ ਕੁਝ ਬਦਲ ਦਿੰਦੀਆਂ ਨੇ ਆਦਰਵਾਇਸ ਤਾਂ ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਬਿਲਕੁਲ ਬਿਲਕੁਲ ਜੀ ਤੇ ਉੱਪਰ ਜਿਹੜਾ ਸੀਗਾ ਕਵੀਰ ਐਸਐਸ ਤਾਂ ਉਹ ਕਰੇ ਸੀਗੇ ਕਹਿੰਦੇ ਕਿ ਜਿਹੜਾ ਕੇ ਸੀ ਆਰ ਇਹਨਾਂ ਦੀ ਗਵਰਨਮੈਂਟ ਦੀ ਇਹਨਾਂ ਦਾ ਵਿਜ਼ਨ ਬਹੁਤ ਵਧੀਆ ਜੀ ਕਹਿੰਨੇ ਕਿ ਇਹ ਉਹ ਤਬਕੇ ਜਿਹੜੇ ਆ ਨਾ ਜਿੱਦਾਂ ਕਿਸਾਨ ਐ ਜਾਂ ਮਜ਼ਦੂਰ ਐ ਇਸ ਤਰ੍ਹਾਂ ਦੇ ਤਬਕੇ ਜਿਹੜੇ ਵੱਡੇ ਤਬਕੇ ਹੁੰਦੇ ਨੇ ਜੀ ਉਹ ਉਹਨਾਂ ਨੂੰ ਸਿੱਧੀ ਡਾਇਰੈਕਟ ਸਹਾਇਤਾ ਦਿੰਦਾ ਹੈ ਜੀ ਮਤਲਬ ਜਦੋਂ ਜਿੱਦਾਂ ਹੁਣ ਲਾ ਲੋ ਕਿ ਆਪਣੇ ਸਬਸਿਡੀ ਐ ਬਿਜਲੀ ਸਬਸਿਡੀ ਐ ਜੀ ਤਾਂ ਉਹ ਇੱਕ ਐਸੇ ਵਰਗ ਨੂੰ ਜਾਂਦੀ ਐ ਜਿਹਦੀ ਵਿਰੋਧ ਕਰਨ ਵਾਲਿਆਂ ਦੀ ਗਿਣਤੀ ਬਹੁਤ ਥੋੜੀ ਰਹਿ ਜਾਂਦੀ ਐ ਜੀ ਮਤਲਬ ਕਿ ਕਿਸਾਨ ਤੇ ਕਿਸਾਨ ਦਾ ਉਹਨੂੰ ਵਿਰੋਧ ਚੰਦ ਮੁਠੀ ਪਰ ਲੋਕ ਕੀ ਕਰ ਸਕਦੇ ਆ ਜੀ ਸੋ ਇਸ ਕਰਕੇ ਉਹਦਾ ਵੀ ਰਾਜਨੀਤੀ ਕਰਨ ਦਾ ਇਹੋ ਹੀ ਆ ਬਹੁਤ ਕਰਜ਼ਾ ਉਹਨੇ ਲਿਆ ਪਰ ਉਹੀ ਆ ਕਿ ਯੋਜਨਾਵਾਂ ਦੇ ਵਿੱਚ ਉਹਨੇ ਪੈਸਾ ਬਹੁਤ ਵਹਾਇਆ ਜੀ 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 ਇਸ ਨੂੰ ਹੁਣ ਤੁਸੀਂ ਸਹੀ ਕਹਿ ਲਓ ਗਲਤ ਕਹਿ ਲਓ ਤੁਹਾਡੇ ਤੇ ਨਿਰਭਰ ਹੈ ਜੀ ਜੀ ਬਿਲਕੁਲ ਬਿਲਕੁਲ ਮੈਂ ਦੋ ਕੁ ਕਮੈਂਟ ਲੈ ਕੇ ਫਿਰ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ ਜਸਵੀਰ ਜੀ ਕਹਿ ਰਹੇ ਸਾਲ ਹਾਂ ਜੀ ਹਾਂ ਜੀ ਇੰਨਾਂ ਸਾਰੀਆਂ ਪਾਰਟੀਆਂ ਕੋਲ ਜੀ ਅਜੇ ਤੱਕ ਮੋਦੀ ਦਾ ਕੋਈ ਤੋੜ ਨਹੀਂ ਜੀ 2024 ਦੇ ਵਿੱਚ ਤਾਂ ਮੋਦੀ ਆ ਬਿਲਕੁਲ ਬਿਲਕੁਲ ਇਹ ਇਹ ਇੱਕ ਚੀਜ਼ ਹੈ ਕਿ ਤੁਸੀਂ ਉਹਦੇ ਬਰਾਬਰ ਦਾ ਚਿਹਰਾ ਕੌਣ ਲਿਆਉਂਗੇ ਕਿਉਂਕਿ ਫੇਸ ਤਾਂ ਦੇਣਾ ਪੈਗਾ ਨਾ ਹਾਂਜੀ ਹਾਂਜੀ ਫੇਸ ਵੈਲਿਊ ਹੈ ਫੇਸ ਵੈਲਿਊ ਹੈ ਨਾ ਬ੍ਰਾਂਡ ਵੈਲਿਊ ਹੈ ਮੋਦੀ ਇਸ ਟਾਈਮ ਕਹ ਲਓ ਕਿ ਹਿੰਦੂਤਵੀ ਰਾਜਨੀਤੀ ਦਾ ਬ੍ਰਾਂਡ ਹੈ ਤਾਂ ਤੁਸੀਂ ਉਹ ਤਾਂ ਤੋੜ ਕੀ ਲਿਆਉਗੇ ਸੈਕੂਲਰ ਚਿਹਰਾ ਕਿਹੜਾ ਹੋਏਗਾ ਐਸਾ ਜਿਹੜਾ ਉਸ ਬਹੁਲਤਾਵਾਦ ਦੇ ਗਲਬੇ ਨੂੰ ਤੋੜ ਦੇਵੇਗਾ ਜੀ ਤਾਂ ਇਹ ਇਹੀ ਇੱਕ ਚੈਲੰਜ ਹੈ ਨਾ ਤਾਂ ਹੀ ਉਹ ਨੇਤਾ ਨਹੀਂ ਦੇ ਰਿਹਾ ਨਿਤਿਸ਼ ਕਹ ਰਿਹਾ ਵੀ ਮੈਂ ਤੇ ਬੰਨਣਾ ਨਹੀਂ ਭਰਾਵੋ ਪ੍ਰਧਾਨ ਮੰਤਰੀ ਦਾ ਚਾਹਵਾਨ ਨਹੀਂ ਆ ਨੇਤਾ ਭਵਾ ਚ ਡਿਸਾਈਡ ਕਰ ਲਵਾਂਗੇ ਤਾਂ ਜਦੋਂ ਰਾਹੁਲ ਗਾਂਧੀ ਦੀ ਵਾਰ ਹੀ ਆਉਂਦੀ ਆ ਨੋ ਡਾਊਟ ਰਾਹੁਲ ਗਾਂਧੀ ਨੇ ਬੜਾ ਕੰਮ ਕੀਤਾ ਆਪਣੇ ਆਪ ਤੇ ਪਿਛਲੇ ਕੁਝ ਮਹੀਨੇ ਜਾਂ ਕੁਝ ਸਾਲ ਦੇ ਦੌਰਾਨ ਹਾਂਜੀ ਪਰ ਗੱਲ ਇਹ ਹੈ ਕਿ ਰਾਹੁਲ ਗਾਂਧੀ ਦਾ ਅਕਸ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਕਿ ਜਿੰਨੀ ਗੱਲ ਚੱਲੇਗੀ ਥੱਲੇ ਉਹ ਟਰੋਲ ਆਰਮੀ ਜੁੜੀ ਹੋਊ ਪੱਪੂ ਫਲਾਮ ਟਮਕਾ ਕੁਛ ਨਾ ਦੀਆਂ ਆਪਣੀਆਂ ਗਲਤੀਆਂ ਆਈਆਂ ਨੇ ਹਾਂਜੀ ਤਾਂ ਉਹ ਜਿਸ ਪੱਦਰ ਦਾ ਚਿਹਰਾ ਹੈ ਕਿ ਮਤਲਬ ਕਿ ਕੋਈ ਬੰਦਾ ਆਪਣੇ ਆਪ ਨੂੰ ਉੱਥੇ ਉਹ ਸੋਚਾਈ ਤੇ ਲੈ ਜਾਂਦਾ ਹੈ ਜਿੱਥੇ ਬਹੁਲਤਾਵਾਦ ਜਿਹੜੀ ਹੈ ਨਾ ਉਹ ਮਤਲਬ ਕਿ ਸੋਚਦੀ ਹੈ ਕਿ ਯਾਰ ਇਹਦਾ ਚਿਹਰਾ ਜਿਹੜਾ ਉਹ ਜ਼ਰੂਰੀ ਹੈ ਦੇਸ਼ ਵਾਸਤੇ ਜੀ ਠੀਕ ਹੈ ਨਿੱਕੀਆਂ-ਮੋਟੀਆਂ ਪ੍ਰੋਬਲਮ ਚਲਦੀਆਂ ਰਹਿੰਦੀਆਂ ਨੇ ਉਹ ਪ੍ਰੋਬਲਮ ਹਮੇਸ਼ਾ ਰਹਿੰਦੀਆਂ ਨੇ ਪਰ ਓਵਰਆਲ ਦੇਸ਼ ਹਿੱਤਕ ਕੌਣ ਠੀਕ ਹੈ ਜੀ ਜਿਵੇਂ ਤੁਸੀਂ ਇੱਕ ਮਿਸਾਲ ਦੇ ਤੌਰ ਤੇ ਲਓ ਇਹਨਾਂ ਨੇ ਦੋ-ਤਿੰਨ ਚੀਜ਼ਾਂ ਐਤਕੀ ਬਹੁਤ ਵੱਡੇ ਪੱਦਰ ਤੇ ਕਰਨੀਆਂ ਤੁਸੀਂ ਦੇਖਿਆ ਹੋਣਾ ਰਸ਼ੀਆ ਯੂਕਰੇਨ ਦੇ ਵਾਰ ਸੰਦਰਭ ਦੇ ਵਿੱਚ ਜੋ جنگ ਚੱਲ ਰਹੀ ਹੈ ਜੈ ਸ਼ੰਕਰ ਦੇ ਬੜੇ ਸਿੱਧੇ ਸਪਸ਼ਟ ਬਿਆਨ ਸਨ ਜਿਹੜੇ ਸਾਡੇ ਵਿਦੇਸ਼ ਮੰਤਰੀ ਹੈ ਵਿਦੇਸ਼ ਨੀਤੀ ਦੇ ਵਿੱਚ ਬਹੁਤ ਸਾਰੀਆਂ ਫੇਲੀਅਰਸ ਰਹੀਆਂ ਨੇ ਪਰ ਉਹ ਜਿਹੜਾ ਰਸ਼ੀਆ ਤੋਂ ਅੜ ਕੇ ਤੇਲ ਲੈਣਾ ਇਹ ਗੱਲ ਇਹਨਾਂ ਨੇ ਇੰਨੀ ਪ੍ਰਚਾਰੀ ਕਿ ਜਦੋਂ ਅਸੀਂ ਆਮ ਮੰਝਿਆ ਤੇ ਬੈਠਦੇ ਹਾਂ ਮੈਂ ਕਈ ਪੰਜਾਬੀਆਂ ਦੇ ਮੂੰਹੋਂ ਇਹ ਗੱਲ ਸੁਣੀ ਹੈ ਕਿ ਯਾਰ ਇਹ ਬੜਾ ਸਟੈਂਡ ਜ਼ਬਰਦਸਤ ਸੀ अदरवाइज ਤੇਲ ਤਾਂ ਸਾਡਾ 750 ਤੱਕ ਵੀ ਪਹੁੰਚ ਸਕਦਾ ਸੀਗਾ ਜੇ ਅਸੀਂ ਸਾਰਾ OPEC ਕੰਟਰੀਆਂ ਤੋਂ ਲੈਣਾ ਹੁੰਦਾ ਰਸ਼ੀਆ ਤੋਂ ਸਸਤਾ ਨਾ ਮਿਲਦਾ ਜਿਹੜਾ ਮਤਲਬ ਕਿ ਮਾੜੀ ਮੋਟੀ ਆਰਥਿਕਤਾ ਦੀ ਜਾਣਕਾਰੀ ਰੱਖਦਾ ਪੰਜਾਬੀ ਵੀ ਜੀ ਤੋਂ ਇਹ ਇਹ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਕਿ ਵਾਕਿਆ ਮੋਦੀ ਨੂੰ ਭਾਰੀ ਕਰਦੀਆਂ ਨੇ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਬਿਲਕੁਲ ਬਿਲਕੁਲ ਜੀ ਇਧਰ ਖੁਸ਼ਦਿਲ ਨੂੰ ਕਹਿ ਰਿਹਾ ਮਿੰਟੂ ਵੀਰ ਜੀ ਮੈਂ ਵੀ ਪੜਿਆ ਸੀਗਾ ਕਿਸੇ ਅਖਬਾਰ ਦੇ ਵਿੱਚ ਹੀ ਕਿਹਨੇ ਕਿ ਸੰਪਾਦਕੀ 'ਚ ਗੱਲ ਤੁਹਾਡੀ ਠੀਕ ਆ ਜਿਹੜਾ ਮੁਸਲਮਾਨ ਉਮੀਦਵਾਰ ਵਾਲੀ ਹੈ ਕਿਨੇ ਗੁਜਰਾਤ ਦੇ ਵਿੱਚ ਹਾਂ ਜੀ ਹਾਂ ਜੀ ਇਹ ਚੀਜ਼ਾਂ ਆਨ ਰਿਕਾਰਡ ਨੇ ਮੈਂ ਕਿਤਾਬਾਂ 'ਚ ਪੜੀ ਆ ਇਹ ਗੱਲ ਕਿਉਂਕਿ ਪੜਦੇ ਰਹਿਣਾ ਚਾਹੀਦਾ ਹੈ ਤੇ ਬਿਲਕੁਲ ਸੰਪਾਦਕੀਆਂ ਪੜਦੇ ਹੋ ਤੁਸੀਂ ਬਹੁਤ ਅੱਛੀ ਗੱਲ ਆ ਜੀ ਜੀ ਤੇ ਇਹ ਚੀਜ਼ਾਂ ਹੈਗੀਆਂ ਕਿਤਾਬਾਂ ਤੇ ਸੰਪਾਦਕੀਆਂ ਇਹ ਸਾਰੀਆਂ ਚੀਜ਼ਾਂ ਸਾਨੂੰ ਸਾਰਿਆਂ ਨੂੰ ਪੜਨੀਆਂ ਚਾਹੀਦੀਆਂ ਕਿਉਂਕਿ ਤੁਹਾਨੂੰ ਬਹੁਤ ਕੁਝ ਪਤਾ ਲੱਗੇਗਾ ਸਿੱਖੋਗੇ ਤੁਸੀਂ ਜੀ 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 ਬਿਲਕੁਲ ਕੋਈ ਸਬਸਕ੍ਰਿਪਸ਼ਨ ਅੱਜ ਕੱਲ ਕਿਉਂਕਿ ਪੇਡ ਹੈ ਵਧੀਆ ਨਿਊਜ਼ਪੇਪਰ ਦੋ ਚਾਰ ਉਹਦੀ ਸਬਸਕ੍ਰਿਪਸ਼ਨ ਲਵੋ ਚਾਹੇ ਇੱਕ ਅਦਾ ਕੋਈ ਇੰਟਰਨੈਸ਼ਨਲ ਇੱਕ ਅਦਾ ਨੈਸ਼ਨਲ ਇੱਕ ਅਦਾ ਕੋਈ ਖੇਤਰੀ ਤੱਕਟ-ਕਟ ਇਹ ਚੀਜ਼ ਜ਼ਰੂਰੀ ਹੈ ਬਿਲਕੁਲ ਕਿਉਂਕਿ ਫਿਰ ਸਮਝ ਪੈਂਦੀ ਆ ਤੁਸੀਂ ਲੇਖ ਪੜੋਗੇ ਸੰਪਾਦਕੀਆਂ ਪੜੋਗੇ ਕਿ ਭਈ ਖਬਰ ਜਿਹੜੀ ਹੁੰਦੀ ਉਸ ਇੱਕ ਸੂਚਨਾ ਜਸਟ ਲੇਖ ਜਾਣਕਾਰੀ ਦਿੰਦੇ ਨੇ ਤੁਹਾਨੂੰ ਜੀ ਜੀ ਬੇਸਿਕਸ ਸਮਝਾਉਂਦੇ ਨੇ ਤੁਹਾਨੂੰ ਫਿਰ ਤੁਹਾਨੂੰ ਹੱਲ ਵੀ ਦੱਸਦੇ ਨੇ ਬਿਲਕੁਲ ਬਹੁਤ ਵਧੀਆ ਗੱਲ ਜੀ ਜੀ